ਇਹ ਸ਼ਹਿਜ਼ਾਦ ਭਾਈ ਆਪਣੇ ਸਾਊਂਡ ਨਾਲ ਰੰਗ ਵਿਖਾ ਰਹੇ ਨੇ ਅਤੇ ਤੁਸੀਂ ਆਪਣੀ ਸੁਭਾਨ ਅੱਲਾਹ ਨਾਲ ਰੰਗ ਵਿਖਾ ਰਹੇ ਹੋ। ਬਹਰਹਾਲ ਮੈਂ ਤਾਂ ਬੜਾ ਪਰੇਸ਼ਾਨ ਸੀ ਕਿ ਇਹ ਜਿਹੜਾ ਬੰਦਾ ਬੈਠਾ ਨਾ ਜੁਨੇਦ ਅਤਾਰੀ, ਇਹ ਇਸ ਇਲਾਕੇ ਵਿੱਚ ਪਹਿਲੀ ਵਾਰੀ ਆਇਆ ਹੈ। ਇਹਦੇ ਇਲਾਕੇ ਵਿੱਚ ਤਕਰੀਬਨ ਮੈਂ ਕੋਈ ਜਗ੍ਹਾ ਨਹੀਂ ਛੋੜੀ, ਹਰ ਪਿੰਡ ਹਰ ਸ਼ਹਿਰ ਵਿੱਚ ਮੈਂ ਪ੍ਰੋਗਰਾਮ ਕੀਤੇ ਨੇ। ਇਹ ਗਵਾਹ ਹੈ, ਮੈਂ ਉਹਦੇ ਮਿਸਾਲਾਂ ਦਿੰਦਾ ਹੁੰਦਾ। ਮੈਂ ਆਹਨਾ ਵੀ ਅਗਰ ਜ਼ੌਕ ਵੇਖਣਾ ਹੋਵੇ ਤਾਂ ਸਾਡੇ ਇਲਾਕੇ ਜਾ ਕੇ ਵੇਖੋ, ਅਤੇ ਅੱਜ ਜਿਵੇਂ ਤੁਸੀਂ ਖੁਸ਼ ਹੋ ਕੇ ਮੁਸਕਰਾ ਕੇ ਸੁਭਾਨ ਅੱਲਾਹ ਕਹਿ ਰਹੇ ਹੋ, ਇਹ ਜਾ ਕੇ ਕਹੇਗਾ ਇਲਾਕੇ ਵਿੱਚ ਕਿ ਸਾਗਰ ਚਿਸ਼ਤੀ ਝੂਠਾ ਦਾਵਾ ਨਹੀਂ ਕੀਤਾ, ਵਾਕਈ ਸਾਗਰ ਚਿਸ਼ਤੀ ਦੇ ਇਲਾਕੇ 'ਚ ਜ਼ੌਕ ਹੈ। ਇਹ ਜੁਨੇਦ ਤਾਰੀ ਮਾਸ਼ਾਅੱਲਾ ਉਹ ਬੰਦਾ ਹੈ ਜਿਹਨੂੰ ਇਹ ਤੁਹਾਡੇ ਸਾਹਮਣੇ ਹੈ, ਬਿਲਕੁਲ ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਪਤਾ ਨਹੀਂ ਬਿਲਕੁਲ ਛੋਟਾ ਜਿਹਾ ਬੰਦਾ ਹੈ। ਪੂਰੇ ਪਾਕਿਸਤਾਨ ਦੇ ਨਾਥ ਖਾਨ, ਨਕੀਬ, ਖਤੀਬ, ਕਾਰੀ, ਪੂਰੇ ਪਾਕਿਸਤਾਨ ਦੇ ਜਿਤਨੇ ਮਸ਼ਹੂਰ ਬੰਦੇ ਨੇ ਸਾਰਿਆਂ ਨਾਲ ਇਸ ਬੰਦੇ ਦਾ ਰਾਬਤਾ ਹੈ ਔਰ ਹਰ ਬੰਦਾ ਇਹਨਾਂ ਨੂੰ ਜਾਣਦਾ ਹੈ। ਬੜੀ ਅੱਲਾਹ ਨੇ ਇੱਜ਼ਤ ਦਿੱਤੀ ਹੈ, ਅੱਲਾਹ ਪਾ ਕੇ ਸਾਡੇ ਭਾਈ ਨੂੰ ਸਲਾਮਤ ਰੱਖੇ। ਪਹਿਲੀ ਵਾਰੀ ਸਾਡੇ ਇਲਾਕੇ 'ਚ ਆਏ ਨੇ, ਇਨਸ਼ਾਅੱਲਾ ਹਜ਼ੂਰ ਦੀ ਬਾਰਗਾਹ 'ਚ ਹਾਜ਼ਰੀ ਵੀ ਪੇਸ਼ ਫਰਮਾਣਗੇ ਔਰ ਸਾਡੇ ਇਲਾਕੇ ਦਾ ਜਾ ਕੇ ਦੱਸਣਗੇ ਜ਼ੌਕ ਵੀ। ਇੱਕ ਸ਼ੇਰ ਪੜ੍ਹ ਕੇ ਮੈਂ ਅਗਲੇ ਨਾਥ ਖਾਨ ਨੂੰ ਬੁਲਾਉਣਾ ਚਾਹੁੰਦਾ, ਜ਼ਿਆਦਾ ਤੁਹਾਡੇ ਔਰ ਨਾਥ ਖਾਨਾਂ ਦੇ ਦਰਮਿਆਨ ਹਾਇਲ ਵੀ ਨਹੀਂ ਹੋਣਾ ਚਾਹੁੰਦਾ। ਇਸ ਵਾਸਤੇ ਵੀ ਘੱਟ ਸ਼ੇਰ ਪੜ੍ਹ ਰਿਹਾ ਕਿਉਂਕਿ ਮੈਨੂੰ ਫਰਮਾਇਸ਼ ਵੀ ਹੈ। ਅਤਾਰੀ ਸਾਹਿਬ ਤੁਸੀਂ ਨਹੀਂ ਨਹੀਂ ਘੱਟ ਸ਼ੇਰਾਂ ਦੀ ਨਹੀਂ ਫਰਮਾਇਸ਼, ਤੁਸੀਂ ਮੇਰੀ ਕਾਫੀ ਅਰਸੇ ਤੋਂ ਨਕਾਬਤ ਸੁਣ ਰਹੇ ਹੋ, ਮੇਰੇ ਇਲਾਕੇ 'ਚ ਮੇਰੀ ਨਾਤ ਵੀ ਚੱਲਦੀ ਹੈ, ਨਾਤ ਦੀ ਵੀ ਫਰਮਾਇਸ਼ ਹੈ। ਔਰ ਖਤਮ ਸ਼ਰੀਫ 'ਤੇ ਇੱਥੇ ਜਦੋਂ ਮੇਰੀ ਹਾਜ਼ਰੀ ਹੋਈ ਅਤੇ ਮੈਂ ਮਾਂ ਦੀ ਸ਼ਾਨ ਪੜ੍ਹੀ, ਉਸ ਮਾਂ ਦੀ ਸ਼ਾਨ ਦੀ ਵੀ ਫਰਮਾਇਸ਼ ਹੈ। ਅੱਜ ਤੁਹਾਨੂੰ ਮੇਰੀ ਨਾਤ ਅਤੇ ਮਾਂ ਦੀ ਸ਼ਾਨ ਵੀ ਬਰਦਾਸ਼ਤ ਕਰਨੀ ਪੈਂਦੀ ਹੈ। ਇੱਕ ਸ਼ੇਰ ਮੈਂ ਪੜ੍ਹ ਕੇ ਅਗਲੇ ਨਾਥ ਖਾਨ ਨੂੰ ਬੁਲਾਉਣਾ ਚਾਹੁੰਦਾ, ਇੱਕ ਸ਼ੇਰ ਅਤੇ ਇੱਕ ਦਾ ਮਤਲਬ ਇਨਸ਼ਾਅੱਲਾ ਇੱਕ ਹੀ ਹੋਵੇਗਾ ਕਿ ਦਿਲ ਚਾਹੁੰਦਾ ਹੈ ਸ਼ਹਿਰ ਹੋਵੇ ਸੋਹਣੇ ਦਾ, ਮੁੜ ਹੱਥਾਂ ਵਿੱਚ ਕਸ਼ਕੋਲ ਹੋਵੇ। ਜਿਹੜਾ ਚਾਹੁੰਦਾ ਹੈ ਕਿ ਮੇਰੀ ਮਦੀਨੇ ਹਾਜ਼ਰੀ ਹੋਵੇ ਅਤੇ ਹਜ਼ੂਰ ਕੋਲੋਂ ਮੈਂ ਇਹ ਹੀ ਮੰਗਾਂ ਜੋ ਸਾਗਰ ਚਿਸ਼ਤੀ ਕਹਿ ਰਿਹਾ, ਉਸ ਬੰਦੇ ਨੂੰ ਦਾਵਾ 'ਤੇ ਹੱਥ ਉੱਚੇ ਕਰਕੇ ਇਨਸ਼ਾਅੱਲਾ ਦਾਦ ਪੇਸ਼ ਕਰੇਗਾ ਕਿ ਦਿਲ ਚਾਹੁੰਦਾ ਹੈ ਸ਼ਹਿਰ ਹੋਵੇ ਸੋਹਣੇ ਦਾ, ਮੁੜ ਹੱਥਾਂ ਵਿੱਚ ਕਸ਼ਕੋਲ ਹੋਵੇ ਅਤੇ ਦੇ ਖੈਰ ਦੀਦਾਰ ਦੀ ਚੰਨ ਅਰਬੀ ਇਹੋ ਇੱਕੋ ਹੀ ਲੱਭ 'ਤੇ ਬੋਲ ਹੋਵੇ। ਦਿਲ ਚਾਹੁੰਦਾ ਹੈ ਸ਼ਹਿਰ ਹੋਵੇ ਸੋਹਣੇ ਦਾ। ਕਿਬਲਾ ਸੁਲਤਾਨੀ ਸਾਹਿਬ ਜਦੋਂ ਆਖਰੀ ਮੈਂ ਮਿਸਰਾ ਬੋਲਣਾ ਹੈ, ਇਨਸ਼ਾਅੱਲਾ ਹਰ ਆਸ਼ਕੇ ਰਸੂਲ ਖੁਸ਼ ਹੋ ਕੇ ਸੁਭਾਨ ਅੱਲਾ ਬੋਲੇਗਾ ਅਤੇ ਜਿਹੜਾ ਬੰਦਾ ਹੌਲੀ ਬੋਲੇਗਾ ਉਹਦੀ ਹੌਲੀ ਸੁਭਾਨ ਅੱਲਾ ਵੀ ਚੱਲ ਜਾਏਗੀ। ਲੇਕਿਨ ਮੈਨੂੰ ਅਫਸੋਸ ਹੋਵੇਗਾ ਉਹ ਬੰਦਾ ਇਸ ਦਾ ਕਿਉਂ ਬੋਲਿਆ ਹੈ ਕਿ ਦਿਲ ਚਾਹੁੰਦਾ ਹੈ ਸ਼ਹਿਰ ਹੋਵੇ ਸੋਹਣੇ ਦਾ, ਦਿਲ ਚਾਹੁੰਦਾ ਹੈ ਸ਼ਹਿਰ ਹੋਵੇ ਸੋਹਣੇ ਦਾ, ਮੁੜ ਹੱਥਾਂ ਵਿੱਚ ਕਸ਼ਕੋਲ ਹੋਵੇ ਅਤੇ ਦੇ ਖੈਰ ਦੀਦਾਰ ਦੀ ਚਾਨਰ ਵੀ ਇਹੋ ਇੱਕੋ ਹੀ ਲੱਭ 'ਤੇ ਪੋਲ ਹੋਵੇ ਅਤੇ ਮੈਨੂੰ ਮੌਤ ਆਪਣੀ 'ਤੇ ਨਾਜ਼ ਹੋਵੇ। ਮਰਨਾ ਸਭ ਨੇ ਹੈ ਲੇਕਿਨ ਸ਼ਾਇਰ ਦੀ ਤਮੰਨਾ ਵੇਖਣੀ ਹੈ, ਮੈਨੂੰ ਮੌਤ ਆਪਣੀ 'ਤੇ ਨਾਜ਼ ਹੋਵੇ, ਇਹ ਮੇਰੀ ਮੌਤ ਵੀ ਇੰਜ ਅਨਮੋਲ ਹੋਵੇ ਜਦੋਂ ਸਾਗਰ ਆਖਰੀ ਸਾਹ ਹੋਵੇ, ਅੱਖਾਂ ਸਾਹਮਣੇ ਅਰਬੀ ਢੋਲ ਹੋਵੇ। ਇੰਜ ਅਨਮੋਲ ਹੋਵੇ ਜਦੋਂ ਸਾਗਰ ਆਖਰੀ ਸਾਹ ਹੋਵੇ, ਅੱਖਾਂ ਸਾਹਮਣੇ ਅਰਬੀ ਢੋਲ ਹੋਵੇ। ਜਦੋਂ ਸਾਗਰ ਆਖਰੀ ਸਾਹ ਹੋਵੇ, ਜਦੋਂ ਸਾਗਰ ਆਖਰੀ ਸਾਹ ਹੋਵੇ, ਅੱਖਾਂ ਸਾਹਮਣੇ ਅਰਬੀ ਢੋਲ ਹੋਵੇ। ਜਿਉਂਦੇ ਰਹੋ। ਬੜੀ ਮੁਹੱਬਤ ਨਾਲ ਤੁਸੀਂ ਸੁਭਾਨ ਅੱਲਾ ਸੁਣਾਈ ਹੈ, ਮੇਰਾ ਦਿਲ ਹੈ ਜਿਹੜੇ ਬੰਦੇ ਨੂੰ ਇਹ ਗੱਲ ਚੰਗੀ ਲੱਗੀ, ਇੱਕ ਵਾਰੀ ਫਿਰ ਉਹ ਬੰਦਾ ਹੱਥ ਉੱਚੇ ਕਰਕੇ ਉੱਚਾ ਬੋਲੇ ਸੁਭਾਨ ਅੱਲਾ। ਕੁਦਰਤੇ ਗ੍ਰਾਮੀ, ਹੁਣ ਮੈਂ ਜਿਸ ਨਾਥ ਖਾਨ ਨੂੰ ਦਾਵਾ 'ਤੇ ਨਾਂ ਦੇਣਾ ਚਾਹੁੰਦਾ, ਸਾਡੇ ਇਲਾਕੇ ਦੇ ਅਜ਼ੀਮ, ਮਾਰੂਫ ਔਰ ਮਸਰੂਫ ਨਾਥ ਖਾਨ ਨੇ, ਮੈਂ ਇੰਝ ਹੀ ਕਹਾਂਗਾ ਕਿ ਉਸ ਨਾਥ ਖਾਨ ਦੀ ਬਹੁਤ ਹੀ ਖੂਬਸੂਰਤ ਆਵਾਜ਼ ਹੈ, ਸਭ ਤੋਂ ਜੁਦਾ ਗਾਨਾ ਅੰਦਾਜ਼ ਹੈ, ਉਸ ਨਾਥ ਖਾਨ ਦੀ ਆਵਾਜ਼ ਵਿੱਚ ਸੋਜੋ ਗੁਦਾਜ਼ ਹੈ। ਅਤਾਰੀ ਸਾਹਿਬ ਹੁਣ ਜਦੋਂ ਖੋਲ ਹੀ ਦੇਣਾ ਰਾਜ਼ ਹੈ ਕਿ ਕਿਉਂ ਨਾ ਕਹਿ ਦੇਵਾਂ ਕਿ ਉਸ ਨਾਥ ਖਾਨ ਦੀ ਕੌਮ ਭੁੱਟਾ ਹੈ, ਨਿਸਬਤ ਚਿਸ਼ਤੀ ਹੈ ਅਤੇ ਨਾਮ ਮੁਹੰਮਦ ਏਜਾਜ਼ ਹੈ। ਮੁਹੰਮਦ ਏਜਾਜ਼ ਚਿਸ਼ਤੀ ਸਾਹਿਬ ਤਸ਼ਰੀਫ ਲਿਆ ਕੇ ਆਪਣੇ ਮਖਸੂਸ ਅੰਦਾਜ਼ ਨਾਲ ਹਦੀਆ ਅਕੀਦਤ ਉਹ ਮੁਹੱਬਤ ਪੇਸ਼ ਫਰਮਾਣਗੇ। ਮਿਲ ਕੇ ਬਾਵਾਜ਼ੇ ਬੁਲੰਦ ਦਰੂਦ ਪਾਕ ਪੜ੍ਹ ਲਓ। ਅਸਲਾਤੋ ਵਸਲਾਮੁ ਅਲੈਕਾ ਯਾ ਰਸੂਲ ਅੱਲਾਹ।